ਖੂਬਸੂਰਤ ਪਹਾੜੀਆਂ ਦੇ ਖੂਬਸੂਰਤ ਝਰਨੇ, ਜਿੰਨੇ ਸੋਹਣੇ ਉਨੇ ਖਤਰਨਾਕ। ਥੱਲੇ ਦੇਖੋ, ਕੁਛ ਬੰਦੇ ਸ਼ਾਰਟਕੱਟ ਲਈ ਜਾਂਦੇ ਆ, ਇਹ ਨਹੀਂ ਲੈਣੇ ਚਾਹੀਦੇ, ਕੰਮ ਖਰਾਬ ਕਰ ਦਿੰਦੇ ਆ। ਅਤੇ ਸਾਹਮਣੇ ਸਾਨੂੰ ਪਹਾੜ ਦਿਖਾਉਣੇ ਸਟਾਰਟ ਹੋ ਗਏ, ਪੂਰਾ ਗਲੇਸ਼ੀਅਰ ਪਿਆ ਹੋਇਆ ਬਰਫ਼ ਦਾ। ਸੋ ਗਾਈਜ਼, ਹੇਅਰ ਵੀ ਆਰ ਗਲੇਸ਼ੀਅਰ ਹੇਮਕੁੰਡ ਸਾਹਿਬ, ਦਿਸ ਇਜ਼ ਦਾ ਵੈਰੀ ਫਸਟ ਟਾਈਮ ਮਾਊਂਟਨ ਟੱਚਿੰਗ ਦਿਸ ਸਨੋ। ਠੰਡੀ ਪਈ ਆ, ਥੱਲੇ ਪਾਣੀ ਚੱਲ ਰਿਹਾ ਪੂਰਾ, ਇਹ ਥੱਲੇ ਤੋਂ ਆ ਰਿਹਾ, ਉਹਦੇ ਖੱਡਾਂ ਪਈਆਂ ਹੋਈਆਂ ਸਾਈਡ ਹੋ ਰਿਹਾ ਪਹਿਲੀ। ਅਸੀਂ ਪਹੁੰਚ ਚੁੱਕੇ ਆ, ਤਕਰੀਬਨ 12:30 ਦਾ ਟਾਈਮ ਹੋ ਚੁੱਕਿਆ, ਅੱਧਾ ਘੰਟਾ ਹੋ ਗਿਆ ਸਾਨੂੰ ਬੈਠੇ ਨੂੰ। ਮੈਂ ਆਕਸੀਜਨ ਚੈੱਕ ਕਰਾਈ ਆ, ਉੱਥੇ ਮੰਡੀ ਘੜੀ ਹੋਈ ਸੀ ਅਤੇ ਰੈਸਟ ਕਰੀ ਹੋਈ ਸੀ। ਇਹ ਬੜਾ ਲਕਸ਼ਮਣ ਮੰਦਿਰ ਹੈ, ਲਕਸ਼ਮਣ ਭਗਵਾਨ ਦਾ ਹੈ। ਇੱਥੇ ਲਕਸ਼ਮਣ ਭਗਵਾਨ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਤਪੱਸਿਆ ਕਰੀ ਹੈ। ਅਤੇ ਇਹ ਬੜਾ ਗੁਰਦੁਆਰਾ ਸਾਹਿਬ, ਇਹ ਬੜਾ ਗੁਰਦੁਆਰਾ ਸਾਹਿਬ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਤਪੱਸਿਆ ਕੀਤੀ ਹੈ ਪਿਛਲੇ ਜਨਮ ਦੇ ਵਿੱਚ। ਜਿਹੜੀ ਮੈਗੀ ਅਸੀਂ ਖਾ ਕੇ ਆਏ ਤੇ ਰਸਤੇ 'ਚ, ਉਹਦਾ ਪ੍ਰਾਈਜ਼ 80 ਰੁਪਏ ਦਾ, ਅਤੇ 20 ਰੁਪਏ ਵਾਲੀ ਕੋਲਡ ਡਰਿੰਕ ਦਾ ਪ੍ਰਾਈਜ਼ ਹੈਗਾ 50 ਰੁਪਈਏ, 40 ਵਾਲੀ ਦਾ ਹੈਗਾ 100 ਰੁਪਈਏ, ਪਾਣੀ ਦੀ ਬੋਤਲ ਹੈਗੀ 100 ਰੁਪਈਏ। ਠੀਕ ਹੈ, ਆਪਣਾ ਪਿੱਛੇ ਤਿਆਰੀ ਕਰਕੇ ਆਓ ਬਾਈ, ਜਿਵੇਂ ਵੀ ਆਉਣਾ। ਇੱਥੇ ਉੱਪਰ ਮਹਿੰਗਾ ਸੌਦਾ ਬਹੁਤ ਆ, ਪਰੌਂਠਾ ਆਲੂ ਦਾ 100 ਰੁਪਏ ਦਾ 2 ਵੀਘਾ। ਫਾਈਨਲੀ ਆਪਾਂ ਪਹੁੰਚ ਗਏ ਗੋਬਿੰਦ ਧਾਮ, ਇੱਥੇ ਆ ਕੇ ਬਸ ਹੁਣ ਆਪਾਂ ਨੇ ਖਾਣਾ ਪੀਣਾ ਅਤੇ ਬਿਸਤਰੇ ਲੈ ਕੇ ਇੱਥੇ ਸੌਣਾ ਅੱਜ, ਅਤੇ ਪ੍ਰੋਗਰਾਮ ਪਰ ਕੈਂਸਲ ਕਰਦਾ ਥੱਲੇ ਜਾਣੇ ਵਾਲਾ। ਸੋ ਪਹਿਲਾਂ ਜਾਂਦੇ ਆ, ਫੋਨ ਚਾਰਜ ਲਾਈਏ ਨਾਲੇ ਖਾਈ ਪੀਏ। ਤੜਕੇ 4 ਵਜੇ ਦਾ ਟਾਈਮ ਅਤੇ ਚਾਹ ਪੀਣ ਨੂੰ ਭੀੜ ਦੇਖੋ ਕਿੰਨੀ ਆ, ਅਤੇ ਲੰਗਰ ਹਾਲ 4 ਵਜੇ ਵੀ ਉੱਪਰ ਹੋਇਆ ਹੋਇਆ। ਬੜੀ ਔਖੀ ਮਿਲੀ ਆ, ਟੈਂਪਰੇਚਰ ਇੱਥੇ ਬਹੁਤ ਜ਼ਿਆਦਾ ਡਾਊਨ ਹੋਇਆ ਹੋਇਆ। ਸਭਾ ਹੋ ਚੁੱਕਿਆ 4 ਵਜੇ ਦਾ, ਅਤੇ ਗੋਬਿੰਦ ਧਾਮ ਤੋਂ ਯਾਤਰਾ ਸ਼ੁਰੂਆਤ ਕਰ ਰਹੇ ਹਾਂ ਸਾਰੇ ਯਾਤਰੀ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਆਦੀ ਦਿਨ ਦੀ ਸ਼ੁਰੂਆਤ ਕਰ ਰਹੇ ਆਪਾਂ ਗੋਬਿੰਦ ਧਾਮ ਤੋਂ, 4:30 ਵਜੇ ਦਾ ਟਾਈਮ ਹੋ ਚੁੱਕਿਆ, ਅਤੇ ਆਪਾਂ ਹੁਣ ਯਾਤਰਾ ਸ਼ੁਰੂਆਤ ਕਰ ਰਹੇ ਹਾਂ ਅਤੇ ਚੜ੍ਹਾਈ ਕਰਨੀ ਸਟਾਰਟ ਕਰਨੀ ਆ ਹੁਣ, ਅਤੇ 3-4 ਘੰਟੇ ਦੇ ਵਿੱਚ ਦੇਖਦੇ ਟਰਾਈ ਕਰਦੇ ਪਹੁੰਚਦੇ ਆਪਾਂ। ਮਾਸਟਰ ਜੀ ਜਾ ਚੁੱਕੇ ਆ ਆਪਣੇ ਘੋੜੇ ਦੇ ਉੱਪਰ, ਕਿਉਂਕਿ ਉਹਨਾਂ ਦੇ ਗੋਡੇ ਵਿੱਚ ਦਰਦ ਆ। ਸੋ ਮੈਂ ਅਤੇ ਮੈਂ ਪਾਲੀ ਦੋਨੇ ਜਾਣੇ ਇੱਥੇ ਖੜ੍ਹੇ ਆ, ਅਸੀਂ ਦੋਨੇ ਜਾਣੇ ਚੱਲੇ ਆ ਹੁਣ ਗੋਬਿੰਦ ਧਾਮ ਤੋਂ ਨਿਕਲਦੇ ਹੋਏ। ਇੱਥੇ ਆ ਜਾਂਦਾ 1 ਕਿਲੋਮੀਟਰ ਤੱਕ ਫੁੱਲੋ ਕੀ ਘਾਟੀ, ਇਹਦੀ ਯਾਤਰਾ ਅਗਲੇ ਮਹੀਨੇ 1 ਤਰੀਕ ਨੂੰ ਖੁੱਲ੍ਹਣੀ ਆ, ਜੂਨ ਨੂੰ। ਦੂਰੀ 4 ਕਿਲੋਮੀਟਰ, ਅਤੇ ਸਾਹਮਣੇ ਕੁਛ ਇੱਦਾਂ ਝਾਕਾ ਵਾਕਾ ਬਣਦਾ, ਪਹਿਲਾ ਝਰਨਾ ਆਪਾਂ ਨੂੰ ਦਿਖਦਾ, ਅੱਗੇ ਜਾ ਕੇ ਦੇਖਦੇ ਹਾਂ। ਖੂਬਸੂਰਤ ਪਹਾੜੀਆਂ ਦੇ ਖੂਬਸੂਰਤ ਝਰਨੇ, ਜਿੰਨੇ ਸੋਹਣੇ ਉਨੇ ਖਤਰਨਾਕ। ਥੱਲੇ ਦੇਖੋ, ਸਾਰਾ ਉੱਪਰ ਖੋਖਲਾ, ਥੱਲੇ ਪਾਣੀ ਵਹਿ ਰਿਹਾ, ਉੱਪਰ ਬਰਫ਼ ਇਹਦੇ, ਤਾਂ ਹੀ ਕਹਿੰਦੇ ਇਹਨੂੰ ਖਤਰਨਾਕ ਝਰਨੇ। ਇਹਦੇ ਕੋਲ ਨਹੀਂ ਜਾਣਾ ਚਾਹੀਦਾ, ਲੋਕ ਜਾਈ ਜਾਂਦੇ ਯਾਤਰਾ ਕਰੀ ਜਾਂਦੇ ਆ, ਅਤੇ ਨਾ ਕੁਛ ਬੰਦੇ ਸ਼ਾਰਟਕੱਟ ਲਈ ਜਾਂਦੇ ਆ, ਇਹ ਨਹੀਂ ਲੈਣੇ ਚਾਹੀਦੇ, ਕੰਮ ਖਰਾਬ ਕਰ ਦਿੰਦੇ ਆ। 2 ਕਿਲੋਮੀਟਰ ਚੜ੍ਹਾਈ 'ਤੇ ਚੜ੍ਹ ਗਏ ਅਸੀਂ, ਅਤੇ ਸਾਹਮਣੇ ਸਾਨੂੰ ਪਹਾੜ ਦਿਖਾਉਣੇ ਸਟਾਰਟ ਹੋ ਗਏ, ਪੂਰਾ ਗਲੇਸ਼ੀਅਰ ਪਿਆ ਹੋਇਆ ਬਰਫ਼ ਦਾ। ਇੱਧਰ ਪਾਲੀ ਮਾਰੇ ਖੜ੍ਹੇ ਆ, ਦੋ ਕਿਲੋਮੀਟਰ ਚੜ੍ਹਾਈ ਤੋਂ ਬਾਅਦ ਇੱਕ ਢਾਬਾ ਆਉਂਦਾ, ਜਿੱਥੇ ਪਾਣੀ ਦੀ ਬੋਤਲ 60 ਰੁਪਏ ਦੀ।
ਪਰੌਂਠੇ ਖਾ ਲਈਏ ਪਿੱਛੇ ਢਾਬੇ 'ਚੋਂ ਆਪਾਂ ਪਰੌਂਠਾ ਖਾ ਕੇ ਨਿਕਲੇ ਤੇ ਸਵੇਰ ਤਾਂ ਕੁਛ ਨਹੀਂ ਖਾਧਾ ਸੋ ਇੱਕ ਵਾਰ ਫਿਰ ਯਾਤਰਾ ਦੀ ਕਰਦੇ ਸ਼ੁਰੂਆਤ ਥੋੜ੍ਹੀ ਦੂਰ ਰਹਿ ਗਿਆ ਤਕਰੀਬਨ 1.5 ਕਿਲੋਮੀਟਰ ਰਹਿ ਚੁੱਕਿਆ ਹੁਣ ਅਤੇ ਹੁਣ ਆਉਣਾ ਗਲੇਸ਼ੀਅਰ ਉੱਤਰਾਖੰਡ ਦੀ ਪਹਾੜੀਆਂ ਦਾ ਝਾਕਾ ਵਾਕਾ ਕੁਛ ਇੱਦਾਂ ਦਾ ਬਣਦਾ ਅਤੇ ਆਪਾਂ ਗੋਬਿੰਦ ਧਾਮ ਤੋਂ ਕਾਫੀ ਉੱਤੇ ਆ ਚੁੱਕੇ ਆ ਹੁਣ ਗੋਬਿੰਦ ਧਾਮ ਇੱਥੋਂ ਨਜ਼ਰ ਆ ਰਿਹਾ ਪਰ ਹਲੇ ਅਤੇ ਰਾਸਤੇ ਦੇ ਵਿੱਚ ਸਿਰਫ ਤਿੰਨ ਹੀ ਹੋਟਲ ਆਉਂਦੇ ਜਿੱਥੇ ਚਾਹ ਪਾਣੀ ਪਰੌਂਠੇ ਵਗੈਰਾ ਮਿਲਦੇ ਆ ਅਤੇ ਪਾਣੀ ਦੀ ਬੋਤਲ ਦਾ ਰੇਟ 60 ਰੁਪਏ ਤੋਂ ਲੈ ਕੇ 50 ਰੁਪਏ ਤੱਕ ਹੈਗਾ ਇੱਥੇ ਘੱਟ ਤੋਂ ਘੱਟ ਵੱਧ ਤੋਂ ਵੱਧ ਵੀ ਹੈਗਾ ਉੱਪਰ ਲੈ ਕੇ ਦੇ ਦਿਆ 100 ਦਾ ਹੋਊਗਾ ਅਤੇ ਰਾਸਤੇ ਦੇ ਵਿੱਚ ਬਾਥਰੂਮ ਲੈਟਰੀਆਂ ਬਣੀਆਂ ਹੋਈਆਂ ਇਹਨਾਂ ਦਾ ਇਸਤੇਮਾਲ ਕਰ ਸਕਦੇ ਆ ਇੱਕ ਉਹ ਢਾਬਾ ਰਿਹਾ ਅਸੀਂ ਹੁਣੇ ਉੱਥੇ ਤੋਂ ਨਿਕਲੇ ਆ ਪਰੌਂਠਾ ਖਾ ਕੇ ਗਾਈਜ਼ ਹੇਅਰ ਵੀ ਆਰ ਗਲੇਸ਼ੀਅਰ ਹੇਮਕੁੰਡ ਸਾਹਿਬ ਦਿਸ ਇਜ਼ ਦਾ ਵੈਰੀ ਫਸਟ ਟਾਈਮ ਆਲਸੋ ਟੱਚਿੰਗ ਦਿਸ ਸਨੋ ਠੰਡੀ ਪਈ ਆ ਹੋਰ ਥੱਲੇ ਪਾਣੀ ਚੱਲ ਰਿਹਾ ਪੂਰਾ ਅਤੇ ਥੱਲੇ ਤੋਂ ਆ ਰਿਹਾ ਹੋਰ ਖੱਡਾਂ ਪਈਆਂ ਹੋਈਆਂ ਸਾਈਡ 'ਤੇ ਰਿਹਾ ਪਹਿਲੀ ਸਾਈਡ 'ਤੇ ਧਿਆਨ ਨਾਲ ਸਨੋ 'ਤੇ ਪੈਰਾਂ ਰੱਖੀ ਗਾਈਜ਼ ਬਹੁਤ ਔਖਾ ਚੜ੍ਹ ਕੇ ਆਏ ਹਾਂ ਥੱਲੇ 'ਤੇ ਇੱਕ ਵਾਰ ਤਾਂ ਨਾ ਸਿਰ ਵੱਜ ਗਿਆ ਤਾ 1 ਕਿਲੋਮੀਟਰ ਦੀ ਘੋੜਾ ਕਰਵਾਇਆ ਸੀ ਸਾਹ ਬਹੁਤ ਫੁੱਲਦਾ ਨਾ ਇੱਥੇ ਬੋਲਿਆ ਘੱਟ ਜਾਂਦਾ ਬਸ ਹੁਣ ਥੋੜ੍ਹਾ ਹੀ ਰਹਿ ਗਈ ਯਾਤਰਾ ਗਾਈਜ਼ ਚੈੱਕ ਕਰੋ ਬਸ 1 ਕਿਲੋਮੀਟਰ ਰਹਿ ਗਿਆ ਮੱਥਾ ਟੇਕਣਾ ਹੈ ਦਸ ਸ਼ਾਮਿਲ ਹੋਣਾ ਅਸੀਂ ਉਹ ਸਾਹਮਣੇ ਤੋਂ ਆਏ ਹਾਂ ਉਹ ਜਿੱਥੇ ਆਪਣੇ ਆਹ ਟੈਂਟ ਲੱਗੇ ਹੋਏ ਆ ਉਹਦੇ ਬਾਅਦ ਆਹ ਪੌੜੀਆਂ ਵਾਲੇ ਰਸਤੇ ਨੂੰ ਅਸੀਂ ਉੱਪਰ ਨੂੰ ਵੱਧਦੇ ਹੋਏ ਆਏ ਆ ਅਤੇ ਅਸੀਂ ਆਹ ਰਸਤਾ ਅਵੋਇਡ ਕਰਿਆ ਕਿਉਂਕਿ ਇਹ ਬਹੁਤ ਔਖੇ ਇੰਨਾ ਘੁੰਮਣ ਘੇ ਰਹੀ ਆ ਫਿਰ ਕਿਤੇ ਜਾ ਕੇ ਉੱਪਰ ਪਹੁੰਚਦਾ ਫਿਰ ਵੀ ਗਾਈਜ਼ ਫਾਈਨਲੀ ਵੀ ਰੀਚਡ ਅਸੀਂ ਪਹੁੰਚ ਚੁੱਕੇ ਆ ਤਕਰੀਬਨ 12:30 ਦਾ ਟਾਈਮ ਹੋ ਚੁੱਕਿਆ ਅੱਧਾ ਘੰਟਾ ਹੋ ਗਿਆ ਸਾਨੂੰ ਬੈਠੇ ਨੂੰ ਮੈਂ ਆਕਸੀਜਨ ਚੈੱਕ ਕਰਾਈ ਆ ਉੱਥੇ ਮੰਡੀ ਕੱਢੀ ਹੋਈ ਤੀ ਅਤੇ ਰੈਸਟ ਕਰੀ ਹੋਈ ਤੀ ਸੋ ਮੱਥਾ ਟੇਕਦੇ ਹਾਂ ਉਸ ਤੋਂ ਪਹਿਲਾਂ ਜੋੜਾ ਗਵਾਂ ਕਰਵਾ ਕੇ ਅਤੇ ਇਸ਼ਨਾਨ ਕਰਦੇ ਆ ਇਸ਼ਨਾਨ ਕਰਾ ਕੇ ਫਿਰ ਆਪਾਂ ਦਰਸ਼ਨ ਕਰਦੇ ਆ ਫਿਰ ਉਹਦੇ ਬਾਅਦ 1:30 ਵਜੇ ਆਪਾਂ ਨੇ ਚਾਲੇ ਪਾ ਛੱਡਣੇ ਆ ਅਤੇ ਇੱਧਰ ਬਰਫ਼ ਨਹੀਂ ਦਿੱਤੀ ਦੀ ਗੁਆਂਢੀਆਂ ਨੇ ਬਰਫ਼ ਨਹੀਂ ਦਿੱਤੀ ਦੀ ਗੁਆਂਢੀਆਂ ਨੇ ਚਲੋ ਚੱਲਦੇ ਆ ਗਾਈਜ਼ ਆ ਜਾਓ
ਠੰਡਾ ਪਾਣੀ ਕਿਆ ਕਹਿੰਦਾ ਬਹੁਤ ਠੰਡਾ। ਹਾਂਜੀ ਮਿੱਤਰੋ, ਇਸ਼ਨਾਨ ਕਰ ਲਿਆ ਸੀ ਅਤੇ ਆਪਾਂ ਨੇ ਮੱਥਾ ਟੇਕ ਲਿਆ, ਕਰਾਬ ਸ਼ਾਦ ਰਹਿ ਗਿਆ ਭੁੱਲ ਗਿਆ ਇੱਧਰ ਸੈਟਾ, ਇੱਥੋਂ ਲੈ ਕੇ ਹੁਣ ਬਸ ਉੱਥੇ ਜੋੜੇ ਲੈ ਕੇ ਆਪਾਂ ਫਿਰ ਚੱਲੇ ਪਾਉਣੇ ਆ। ਮੱਥਾ ਟੇਕਣ ਤੋਂ ਬਾਅਦ ਆਪਾਂ ਆ ਗਏ ਸ਼੍ਰੀ ਗੋਪਾਲ ਲਕਸ਼ਮਣ ਮੰਦਰ, ਲੋਕ ਗੋਪਾਲ ਲਕਸ਼ਮਣ ਮੰਦਰ, ਇੱਥੇ ਆਪਾਂ ਮੱਥਾ ਟੇਕਦੇ ਹਾਂ। ਬੂਟ ਖੋਲ੍ਹਣੇ ਪੈਣੇ ਇੱਥੇ, ਸੋ ਖੋਲ੍ਹ ਕੇ ਬੜਾ ਬੜਾ ਮੱਥਾ ਟੇਕਦੇ ਹਾਂ। ਬਹੁਤ ਪੁਰਾਣਾ ਮੰਦਰ ਹੈ ਇਹ, ਬੜਾ ਲਕਸ਼ਮਣ ਮੰਦਰ ਹੈ ਲਕਸ਼ਮਣ ਭਗਵਾਨ ਦਾ। ਇੱਥੇ ਲਕਸ਼ਮਣ ਭਗਵਾਨ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਤਪੱਸਿਆ ਕਰੀ ਹੈ ਅਤੇ ਇਹ ਬੜਾ ਗੁਰਦੁਆਰਾ ਸਾਹਿਬ, ਇਹ ਬੜਾ ਗੁਰਦੁਆਰਾ ਸਾਹਿਬ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਤਪੱਸਿਆ ਕੀਤੀ ਹੈ ਪਿਛਲੇ ਜਨਮ ਦੇ ਵਿੱਚ। ਸੋ ਸੱਤ ਪਹਾੜੀਆਂ ਇੱਥੇ ਦਿਖਦੀਆਂ, ਕਦੇ ਦਿਖਦੀਆਂ ਕਦੇ ਨਹੀਂ ਦਿਖਦੀਆਂ, ਕਈ ਵਾਰ ਬੱਦਲ ਹੁੰਦੇ, ਕਈ ਵਾਰ ਉੱਪਰ ਨਿਸ਼ਾਨ ਸਾਹਿਬ ਲੱਗੇ ਹੁੰਦੇ ਉਹ ਦਿਖਦੇ, ਕਈ ਵਾਰ ਨਹੀਂ ਦਿਖਦੇ। ਸੋ ਇੱਥੇ ਦੀ ਇਹ ਮਹੱਤਤਾ ਹੈ ਦੋਨਾਂ ਦੀ, ਦੋਨੇ ਪਵਿੱਤਰ ਸਥਾਨ ਆ, ਪਵਿੱਤਰ ਜਗ੍ਹਾ। ਸੋ ਇੱਥੇ ਆ ਕੇ ਭਾਗਸ਼ਾਲੀ ਬੰਦਾ ਕਹਿਲਾਉਂਦਾ ਹੈ। ਮੰਦਰ 'ਚ ਮੱਥਾ ਟੇਕਿਆ ਅਤੇ ਪੰਡਿਤ ਜੀ ਨੇ ਮੇਰਾ ਟਿੱਕਾ ਲਾ ਦਿੱਤਾ, ਟਿੱਕਾ ਆਪਾਂ ਸਾਫ਼ ਨਹੀਂ ਕਰਨਾ, ਜੇ ਆਪਣੇ ਆਪ ਹੋ ਗਿਆ ਉੱਦਾਂ ਨਹੀਂ ਕਰਨਾ ਹੈਗਾ ਸਾਫ਼। ਲੋ ਵੀ ਮਿੱਤਰੋ, ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਚੁੱਕੇ ਹਾਂ ਹੁਣ ਅਤੇ ਹੁਣ ਤਰਾ ਸਟਾਰਟ ਕਰ ਰਹੇ ਹਾਂ ਆਪਾਂ ਵਾਪਸ ਜਾਣ ਦੀ। ਇੱਧਰ ਹੀ ਸਾਡੇ ਝਰਨਾ ਚੱਲਦਾ ਪਿਆ, ਉਹਦਾ ਆਪਾਂ ਬਸ ਦਿਖਾਉਂਗੇ ਦ੍ਰਿਸ਼, ਅਤੇ ਆ ਬਰਫ਼ ਚੱਲ ਰਹੀ ਹੈ ਇੱਧਰ ਪੂਰੀ ਹੁਣ, ਅਤੇ ਬਸ ਇਹਨਾਂ ਸਾਰੀ ਜਨ ਅਲਵਿਦਾ ਕਰਦੇ ਆ ਅਤੇ ਇੱਥੋਂ ਨਿਕਲਦੇ ਆ। ਚੱਲੀਏ ਫਿਰ ਉੱਪਰ ਗਏ ਮੁੜ ਸਾਹਿਬ ਗੁਰਦੁਆਰਾ, ਅਤੇ ਇੱਥੇ ਤਾਂ ਪੈਪ ਲੱਗਿਆ ਹੋਇਆ, ਸਿੱਧਾ ਪਾਣੀ ਆਉਂਦਾ, ਅਤੇ ਇੱਥੇ ਟਰਬਾਈਨ ਲੱਗੀ ਹੋਈ ਆ, ਟਰਬਾਈਨ 'ਚ ਬੱਚਦਾ ਪਾਣੀ ਅਤੇ ਇੱਥੇ ਬਿਜਲੀ ਪੈਦਾ ਹੁੰਦੀ ਹੈ ਫ੍ਰੀ ਦੇ ਵਿੱਚ। ਛੋਟਾ ਜਿਹਾ ਪਾਵਰ ਪਲਾਂਟ ਲਗਾਇਆ ਹੋਇਆ ਅਤੇ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ, ਸਾਰਾ ਸਾਲ ਜਿੰਨਾ ਟਾਈਮ ਵੀ ਇੱਥੇ ਰਹਿੰਦੇ ਆ ਉਨਾ ਟਾਈਮ ਬਿਜਲੀ ਫ੍ਰੀ। ਇਹ ਵਾਲਾ ਝਰਨਾ ਉੱਪਰ ਹੇਮੁੜ ਸਾਹਿਬ ਤੋਂ ਆਉਂਦਾ, ਜਿਹੜਾ ਪਾਣੀ ਡੈਮ 'ਚੋਂ ਨਿਕਲਦਾ, ਜਿਹੜਾ ਤੁਹਾਨੂੰ ਦੱਸਿਆ ਜੀ ਵਾਟਰ ਬਣਦਾ, ਬਿਜਲੀ ਪੈਦਾ ਕਰਦਾ ਪ੍ਰੋਜੈਕਟ। ਦੇਖੋ ਕਿੰਨਾ ਖਤਰਾ, ਉੱਪਰ ਬਰਫ਼ ਆ, ਥੱਲੇ ਹੈਗੇ ਆ ਇਹਦੇ ਚੱਲਦਾ ਹੋਇਆ ਪਾਣੀ, ਉਹ ਦੇਖੋ। ਸੋ ਬਚ ਕੇ ਰਹਿਣਾ ਚਾਹੀਦਾ ਇਹ ਚੀਜ਼ 'ਤੇ, ਪਾਣੀ ਬਹੁਤ ਹੈਗਾ। ਲਓ ਜੀ, ਅੱਧੇ ਕਿਲੋਮੀਟਰ ਦੇ ਅੱਧੇ ਘੰਟੇ ਦੇ ਵਿੱਚ ਆਪਾਂ ਨੇ ਗਲੇਸ਼ੀਅਰ ਪਾਰ ਕਰ ਲਿਆ ਅਤੇ ਹੁਣ ਆਪਾਂ ਦਰਿਆ ਝਰਨੇ ਕੋਲ ਆ ਗਏ ਹਾਂ, ਜਿਹੜਾ ਪੂਰੀ ਤੇਜ਼ੀ ਨਾਲ ਚੱਲਦਾ ਗਲੇਸ਼ੀਅਰ ਦੇ ਥੱਲੇ ਨੂੰ ਪਾਣੀ। ਵਾਟਰ ਕਰੋਸਿੰਗ ਆ ਗਈ ਭਾਈ, ਬੱਲਾ ਬੱਲਾ ਬਹੁਤ ਪਾਣੀ ਆ ਗਿਆ, ਸਾਰਾ ਥੱਲੇ 'ਤੇ ਆਉਂਦਾ ਦੇਖ ਲਾ। ਵਾਟਰ ਕਰੋਸਿੰਗ ਭਾਈ, ਦੇਖ ਕੇ ਰੱਖ ਕੇ ਆਇਓ ਜੀ ਪੈਰ। ਓਹੋ ਬਹੁਤ ਪਾਣੀ ਤਾਂ ਬਾਈ, ਪਹਿਲਾਂ ਨਹੀਂ ਦੱਸਣਾ ਸ਼ੁਰੂ 'ਚ। ਘੁੰਮਦੇ ਘੁੰਮਾਉਂਦੇ ਇੱਕ ਢਾਬੇ 'ਤੇ ਰੁਕਿਆ, ਮੈਗੀ ਮੰਗਾਈ ਆ, ਹਾਲ ਤੱਕ ਲੈ ਕੇ ਆਇਆ, ਲੈ ਕੇ ਆ ਰਿਹਾ ਪਤਾ ਨਹੀਂ। ਲੈ ਤਾਂ ਯਾਰ ਤਰਸਾ ਤੇ ਲਿਆ ਵੀ ਲਿਆ, ਧੰਨਵਾਦ ਤੇਰਾ ਬਹੁਤ ਬਹੁਤ, ਮੈਗੀ ਖਾ ਲਓ ਬਾਈ, ਮੈਂ ਖਾ ਲਾ ਖਾ ਲਓ, ਸਾਹਮਣੇ ਦੇਖੋ ਜਿਹੜੀ ਮੈਗੀ ਅਸੀਂ ਖਾ ਕੇ ਆਏ ਤੇ ਰਸਤੇ 'ਚ, ਉਹਦਾ ਪ੍ਰਾਈਜ਼ 80 ਰੁਪਏ ਦਾ, ਅਤੇ 20 ਰੁਪਏ ਵਾਲੀ ਕੋਲਡ ਡਰਿੰਕ ਦਾ ਪ੍ਰਾਈਜ਼ ਹੈਗਾ 50 ਰੁਪਈਏ, 40 ਵਾਲੀ ਦਾ ਹੈਗਾ 100 ਰੁਪਈਏ, ਪਾਣੀ ਦੀ ਬੋਤਲ ਹੈਗੀ 100 ਰੁਪਈਏ, ਠੀਕ ਹੈ।
ਆਪਣਾ ਪਿੱਛੇ ਤਿਆਰੀ ਕਰਕੇ ਆਓ ਬਾਈ, ਯਾਨੀ ਵੀ ਆਉਣਾ ਇੱਥੇ ਉੱਪਰ ਮਹਿੰਗਾ ਸੌਦਾ ਬਹੁਤ ਆ। ਪਰੌਂਠਾ ਆਲੂ ਦਾ 100 ਰੁਪਏ ਦਾ, ਅਤੇ ਆਪਣੀ ਚੜ੍ਹਾਈ 1.5 ਕਿਲੋਮੀਟਰ ਦੀ ਰਹਿ ਗਈ ਆ, ਬਸ ਆਪਾਂ ਫਟਾਫਟ ਖਿੱਚ ਰਹੇ ਹਾਂ, ਉਹਦੇ ਬਾਅਦ ਗੋਬਿੰਦ ਘਾਟ ਜਾ ਕੇ ਰੁਕਾਂਗੇ ਆਪਾਂ। ਗਾਈਸ ਦੇਖੋ ਸਾਹਮਣੇ ਕਿੰਨਾ ਵਧੀਆ ਝਰਨਾ ਯਾਰ, ਇਹ ਉੱਪਰ ਤੋਂ ਆਉਂਦਾ ਸਾਰਾ, ਠੀਕ ਆ, ਬਹੁਤ ਪਾਣੀ ਵਧਿਆ ਹੈ ਇਹਦੇ ਚੱਜ, ਕਿਉਂਕਿ ਉੱਪਰ ਜਿਹੜਾ ਪਾਣੀ ਚੱਲ ਰਿਹਾ ਤਾਂ ਨਾ ਗਲੇਸ਼ੀਅਰ ਥੱਲੇ ਸਾਰਾ ਪਾਣੀ ਇਹ 'ਚ ਆ ਰਿਹਾ। ਅਤੇ 1 ਕਿਲੋਮੀਟਰ ਰਹਿ ਗਿਆ ਆਪਣਾ ਪੂਰਾ, ਅਤੇ ਉਹਦੇ ਬਾਅਦ ਆਪਾਂ ਪਹੁੰਚਣਾ ਫਿਰ ਇੱਥੇ ਰਾਸਟੇ ਕਰਾਂਗੇ ਆਪਾਂ। ਪਹਿਲਾਂ ਆਪਾਂ 14 ਕਿਲੋਮੀਟਰ 'ਚ ਪੂਰਾ ਕਰਨਾ, ਤਾਂ ਹੁਣ ਉਹ ਬੰਦ ਕਰਤਾ, ਜਾਣਾ ਨਹੀਂ ਹੈਗਾ ਉੱਧਰ, ਕਿਉਂਕਿ ਲੇਟ ਹੋ ਜਾਣਾ, ਰਾਤ ਨੂੰ ਸਫ਼ਰ ਕਰਨਾ ਸੌਖਾ ਨਹੀਂ ਹੈਗਾ, ਇਟਸ ਨੋਟ ਈਜ਼ੀ, ਇਟਸ ਵੈਰੀ ਡੇਂਜਰਸ। ਦੋ ਵੀ ਗਾਈਸ ਫਾਈਨਲੀ ਆਪਾਂ ਪਹੁੰਚ ਗਏ ਗੋਬਿੰਦ ਧਾਮ, ਇੱਥੇ ਆ ਕੇ ਬਸ ਹੁਣ ਆਪਾਂ ਨੇ ਖਾਣਾ ਪੀਣਾ ਅਤੇ ਬਿਸਤਰੇ ਲੈ ਕੇ ਇੱਥੇ ਹੀ ਸੌਣਾ ਅੱਜ, ਅਤੇ ਪ੍ਰੋਗਰਾਮ ਪਰ ਕੈਂਸਲ ਕਰਦਾ ਥੱਲੇ ਜਾਣੇ ਵਾਲਾ, ਸੋ ਪਹਿਲਾਂ ਜਾਂਦੇ ਆ ਫੋਨ ਚਾਰਜ ਲਾਈਏ ਨਾਲੇ ਖਾਈ ਪੀਏ। ਦੋ ਵੀ ਮਿੱਤਰੋ ਸਮੋਸੇ ਛੋਲੇ ਪਾ ਕੇ ਆਪਾਂ ਹੋਟਲ 'ਤੇ ਆ ਗਏ ਆ, ਇਹ ਖਾਣ ਲੱਗੇ ਲੈ ਵੀ ਚੱਕੜੀ, ਇੱਕ ਇੱਕ ਸਮੋਸਾ ਹੀ ਲਿਆ। ਹਾਂਜੀ ਮਿੱਤਰੋ ਆਪਾਂ ਹੁਣ ਵਾਪਸ ਆ ਗਏ ਅਤੇ ਰੋਟੀ ਖਾ ਕੇ, ਠੀਕ ਹੈ, ਮੈਂ ਵੀਡੀਓ ਸ਼ੂਟ ਨਹੀਂ ਕਰ ਪਾਇਆ ਤਾਂ ਕਿਉਂ, ਕਿਉਂਕਿ ਯਾਰ ਮੈਂ ਉੱਥੇ ਨਾ ਬਿਮਾਰ ਹੋ ਗਿਆ ਤਾ, ਅਤੇ ਉੱਥੇ ਨਾ ਢਿੱਡ ਖਰਾਬ ਹੋ ਗਿਆ ਤਾਂ, ਲੂਜ਼ ਮੋਸ਼ਨ ਲੱਗ ਗਏ ਅਤੇ ਉਹਦੇ ਬਾਅਦ ਫਿਰ ਮੈਂ ਸ਼ੂਟ ਹੀ ਨਹੀਂ ਕਰਿਆ ਹੈਗਾ। ਆਪਾਂ ਨੂੰ ਜਗ੍ਹਾ ਵੀ ਲੱਭਣੀ ਤੀ ਜਿੱਥੇ ਲੰਗਰ ਹਾਲ, ਤਾਂ ਆਪਾਂ ਲੰਗਰ ਹਾਲ ਦੇ ਵਿੱਚ ਆਪਾਂ ਨੂੰ ਰਾਤ ਨੂੰ 1 ਵਜੇ ਆਪਾਂ ਨੂੰ ਜਗ੍ਹਾ ਮਿਲੀ ਤੀ, ਅਤੇ ਆਪਾਂ ਉੱਥੇ ਸੋ ਗਏ ਫਿਰ, ਅਤੇ ਉਹਦੇ ਅਗਲੇ ਦਿਨ ਆਪਾਂ ਫਿਰ ਥੱਲੇ ਜਾਣਾ, ਅਤੇ ਉਹਦੇ ਆਪਾਂ ਨੇ ਅਗਲੇ ਦਿਨ ਵਿੱਚ ਸਫ਼ਰ ਆਪਣਾ ਸਟਾਰਟ ਕਰਨਾ ਘਰ ਨੂੰ ਜਾਣ ਦਾ। 5 ਘੰਟੇ ਦੇ ਵਿੱਚ ਆਪਾਂ ਨੇ ਉਹ ਕਵਰ ਕਰ ਲਿਆ ਸੀ, ਉਹ ਵਾਲੀ ਵੀਡੀਓ ਇਹ ਤੋਂ ਬਾਅਦ ਆਊਗੀ। ਸੋ ਅਗਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗ ਰਹੀ ਹੈ, ਸੋ ਪਲੀਜ਼ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਅਤੇ ਬਣੇ ਰਹੋ ਇੱਦਾਂ ਹੀ। ਰੱਬ ਰੱਖਾ।